ਅਸੀਂ ਵਪਾਰ ਦੇ ਵਿੱਚ ਪੰਜਾਬ ਨੂੰ ਨੰਬਰ 1 ਬਣਾਉਣ ਲੱਗੇ ਹੋਏ ਹਾਂ। MSME ਛੋਟੀਆਂ ਜਿਹੜੀਆਂ ਇਕਾਈਆਂ ਹੁੰਦੀਆਂ ਨੇ, ਛੋਟੀਆਂ ਫੈਕਟਰੀਆਂ, ਉਹਨਾਂ ਦੇ ਰਜਿਸਟ੍ਰੇਸ਼ਨ 'ਚ ਕਿ ਕਿੰਨੀਆਂ ਹੋਰ ਆ ਰਹੀਆਂ ਨੇ ਪੰਜਾਬ 'ਚ, ਇੱਕ ਸਾਲ ਦੇ ਵਿੱਚ ਨੌਰਥ ਇੰਡੀਆ 'ਚੋਂ ਪੰਜਾਬ ਨੇ ਲੀਡ ਕੀਤਾ, ਪੰਜਾਬ ਪਹਿਲੇ ਨੰਬਰ ਦਾ ਸੂਬਾ ਬਣ ਗਿਆ MSME ਦੇ ਵਿੱਚ ਰਜਿਸਟ੍ਰੇਸ਼ਨਾਂ 'ਚ। 2,79,000 ਇਕਾਈਆਂ ਹੋਰ ਆ ਰਹੀਆਂ ਨੇ, ਮੈਂ ਨਹੀਂ ਕਹਿ ਰਿਹਾ, ਇਹ ਰਾਜ ਸਭਾ ਦੇ ਵਿੱਚ ਭਾਰਤ ਸਰਕਾਰ ਦੇ ਮੰਤਰੀ ਨੇ ਅੰਕੜਾ ਦਿੱਤਾ। ਇੱਥੇ ਆ ਰਿਹਾ ਟਾਟਾ ਸਟੀਲ, ਇੱਥੇ ਆ ਰਿਹਾ ਫਰੈਡਨਬਰਗ, ਬਰਵੀਓ, ਜਿੰਦਲ ਸਟੀਲ, ਹੋਰ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਪੰਜਾਬ 'ਚ ਆ ਰਹੀਆਂ ਨੇ। ਕਿਉਂ ਆ ਰਹੀਆਂ ਨੇ? ਕਿਉਂਕਿ ਉਹਨਾਂ ਨੂੰ ਵਿਸ਼ਵਾਸ ਬਣ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ 'ਚ ਇੱਕ ਇਹੋ ਜਿਹੀ ਸਰਕਾਰ ਆ ਗਈ ਜਿਹੜੀ ਸਾਨੂੰ ਤੰਗ ਨਹੀਂ ਕਰਦੀ, ਜਿਹੜੀ ਸਾਨੂੰ ਮਾਹੌਲ ਦਿੰਦੀ ਹੈ ਕੰਮ ਕਰਨ ਦਾ। ਉਹ ਕੰਪਨੀਆਂ ਆਉਣਗੀਆਂ, ਉੱਥੇ ਸਾਡੇ ਧੀਆਂ ਪੁੱਤ ਕੰਮ ਕਰਨਗੇ, ਵੱਡੇ ਵੱਡੇ ਅਹੁਦਿਆਂ 'ਤੇ ਵੀ ਸਾਡੇ ਧੀਆਂ ਪੁੱਤ ਲੱਗਣਗੇ, ਹਰ ਰੋਜ਼ ਹਜ਼ਾਰਾਂ ਮੁੰਡੇ ਕੁੜੀਆਂ ਕੰਮ ਕਰਨਗੇ, ਸ਼ਾਮ ਨੂੰ ਘਰ ਆਉਣਗੇ। ਇਹਦੇ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਹੋਊਗੀ ਅਤੇ ਨਸ਼ਿਆਂ ਵੱਲ ਵੀ ਧਿਆਨ ਨਹੀਂ ਜਾਊਗਾ। ਤੁਸੀਂ ਮੈਨੂੰ ਆਪ ਦੱਸ ਦਿਓ, ਤੁਸੀਂ ਕਿਸੇ ਰਿਸ਼ਤੇਦਾਰ ਜਾਂ ਦੋਸਤ ਦਾ ਬੇਟਾ ਕੋਈ ਤੁਹਾਡੇ ਆਪਦੇ ਸੰਬੰਧ 'ਚ ਜਾਂ ਗੁਆਂਢ 'ਚ ਕੋਈ ਇਹੋ ਜਿਹਾ ਦੇਖਿਆ ਜਿਹੜਾ ਨੌਕਰੀ ਵੀ ਕਰਦਾ ਅਤੇ ਚਿੱਟਾ ਵੀ ਖਾਂਦਾ ਹੈ? ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਨੌਕਰੀ ਕਰਦਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ। ਵਿਹਲਾ ਮਨ ਸ਼ੈਤਾਨੀ ਦਾ ਘਰ, ਇਹ ਬੇਰੁਜ਼ਗਾਰੀ ਹੈ ਜੜ੍ਹ।